ਤੁਸੀਂ ਅੱਜ ਕਹਿੰਦੇ ਹੋ ਕਿ ਕਿਸਾਨ ਅੰਨਦਾਤਾ ਹੈ, ਇੰਨਾ ਹੰਕਾਰ ਨਹੀਂ ਚੰਗਾ ਹੁੰਦਾ, ਅੰਨਦਾਤਾ ਕੋਈ ਨਹੀਂ ਹੈ। ਆਨੰਦਪੁਰ ਸਾਹਿਬ ਤੋਂ ਲੈ ਕੇ ਫਿਰੋਜ਼ਪੁਰ ਤੱਕ ਭਾਂਗੇ ਭੰਗ ਹੈ ਨਾ, ਸਾਰੇ ਪਾਸੇ ਭਾਂਗੇ ਭੰਗ ਦਿਖੂਗੀ। ਮੈਂ ਜਿਹੜਾ ਇਹ ਬਿੱਲ ਆਇਆ ਉਹਦੇ ਤੇ ਮੈਂ ਸਾਰਾ ਤਕਰੀਬਨ ਪੜਿਆ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸਾਨਾਂ ਦਾ ਕੋਈ ਇਹਦੇ ਵਿੱਚ ਨੁਕਸਾਨ ਹੋ ਰਿਹਾ ਹੋਵੇ। ਬਹੁਤ ਰਾਜਨੀਤਿਕ ਪਾਰਟੀਆਂ ਇਹਦਾ ਲਾਹਾ ਲੈਣ ਦੇ ਲਈ ਅੱਜ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜੈ ਸ਼੍ਰੀ ਰਾਮ, ਜੈ ਮਹਾਕਾਲੀ, ਹਰ ਹਰ ਮਹਾਂਦੇਵ। ਮੈਂ ਅਰਵਿੰਦ ਗੌਤਮ, ਸ਼ਿਵ ਸੈਨਾ ਹਿੰਦ। ਦੋਸਤੋ, ਅੱਜ ਜਿਹੜਾ ਮੈਂ ਤੁਹਾਡੇ ਨਾਲ ਲਾਈਵ ਹੋਇਆ ਉਹ ਬੜਾ ਅੱਜ ਕੱਲ ਇੱਕ ਮੁੱਦਾ ਭਖਿਆ ਹੋਇਆ, ਕਿਸਾਨਾਂ ਦਾ ਮੁੱਦਾ। ਜਿਹੜਾ ਇੱਕ ਬਿੱਲ ਪਾਸ ਹੋ ਗਿਆ ਉਹਦੇ ਤੇ ਬੜੀ ਰਾਜਨੀਤੀ ਚੱਲ ਰਹੀ ਹੈ। ਬਹੁਤ ਰਾਜਨੀਤਿਕ ਪਾਰਟੀਆਂ ਇਹਦਾ ਲਾਹਾ ਲੈਣ ਦੇ ਲਈ ਅੱਜ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਤੇ ਇਹ ਉਹੀ ਰਾਜਨੀਤਿਕ ਲੋਕ ਨੇ ਜਿਨ੍ਹਾਂ ਨੇ ਅੱਜ ਤੱਕ ਲੋਕਾਂ ਨੂੰ ਗੁੰਮਰਾਹ ਕਰਕੇ, ਜੋ ਮੈਂ ਦੁਬਾਰਾ ਕਹਿਣਾ ਚਾਹੁੰਦਾ ਹਾਂ ਵੀ ਰਾਜਨੀਤੀ ਕਰਦੇ ਹੈ, ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਡੇ ਜਿਹੜਾ ਪੰਜਾਬ ਹੈ ਇਹਦੇ ਤਿੰਨ ਹਿੱਸੇ ਕਰਵਾਏ। ਅੱਜ ਵੀ ਇਹ ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ ਉਹਦੇ ਤੇ ਮੈਂ ਤੁਹਾਡੇ ਨਾਲ ਥੋੜਾ ਜਿਹਾ ਆਪਣੇ ਵਿਚਾਰ ਸਾਂਝੇ ਕਰੂੰਗਾ। ਮੈਂ ਜਿਹੜਾ ਇਹ ਬਿੱਲ ਆਇਆ ਉਹਦੇ ਤੇ ਮੈਂ ਸਾਰਾ ਤਕਰੀਬਨ ਪੜਿਆ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸਾਨਾਂ ਦਾ ਕੋਈ ਇਹਦੇ ਵਿੱਚ ਨੁਕਸਾਨ ਹੋ ਰਿਹਾ ਹੋਵੇ। MSP ਦਾ ਕਹਿ ਰਹੇ ਹੈ ਲੋਕ ਜੀ, MSP ਅੱਜ ਦੇ ਰਹੇ ਹੈ ਕੱਲ ਨੂੰ ਘਟਾ ਦੇਣਗੇ। ਜਦ ਇਹ ਕੱਲ ਨੂੰ ਘਟਾਉਣਗੇ ਤਾਂ ਕੱਲ ਨੂੰ ਤੁਸੀਂ ਧਰਨਾ ਪ੍ਰਦਰਸ਼ਨ ਜੋ ਵੀ ਹੈ ਕਰ ਲਿਓ, ਸਗੋਂ ਅਸੀਂ ਵੀ ਤੁਹਾਡੇ ਨਾਲ ਖੜਾਂਗੇ। ਪਰ ਅੱਜ ਦੇ ਸਮੇਂ ਦੇ ਵਿੱਚ ਕੋਈ MSP ਨਹੀਂ ਘਟਾਈ ਗਈ ਤੇ ਸਿਰਫ ਇਹਦੇ ਵਿੱਚ ਕਿਸਾਨਾਂ ਦਾ ਫਾਇਦਾ ਹੀ ਹੋ ਰਿਹਾ। ਕਿਸਾਨ ਆਪਣਾ ਕਿਤੇ ਵੀ ਜਿਹੜੀ ਆਪਣੀ ਫਸਲ ਹੈ ਉਹ ਬਾਹਰ ਜਾ ਕੇ ਮੰਡੀਆਂ ਦੇ ਵਿੱਚ ਜਿੱਥੇ ਉਹਨੂੰ ਰੇਟ ਮਿਲਦਾ ਉੱਥੇ ਰੇਟ ਆਪਣਾ ਵਧੀਆ ਰੇਟ ਲੈ ਕੇ ਆਪਣੀ ਜਿਹੜੀ ਫਸਲ ਹੈ ਉਹਨੂੰ ਵੇਚ ਸਕਦਾ। ਜੇ ਕਈ ਲੋਕ ਕਹਿੰਦੇ ਆ ਜੀ ਛੋਟਾ ਕਿਸਾਨ ਹੈ, ਛੋਟਾ ਕਿਸਾਨ ਦੱਬ ਜੂਗਾ, ਉਹ ਕਿੱਦਾਂ ਜਾਏਗਾ ਜੀ ਬਾਹਰ? ਠੀਕ ਹੈ, ਜਿਹੜਾ ਛੋਟਾ ਕਿਸਾਨ ਉਹ ਪੰਜ ਪੰਜ ਦਸ ਦਸ ਇਕੱਠੇ ਹੋ ਜਾਣ, ਇਕੱਠੇ ਹੋ ਕੇ ਬਾਹਰ ਜਾ ਕੇ ਕਿਤੇ ਵੀ ਹਿਮਾਚਲ ਚ, ਹਰਿਆਣੇ ਚ, ਰਾਜਸਥਾਨ ਚ, ਜਿੱਥੇ ਦਿੱਲੀ ਤੱਕ ਜਿੱਥੇ ਉਹਨਾਂ ਨੂੰ ਠੀਕ ਲੱਗਦਾ ਉੱਥੇ ਜਾ ਕੇ, ਫੋਨਾਂ ਦਾ ਯੁੱਗ ਹੈ ਅੱਜ ਕੱਲ, ਟੈਕਨੋਲੋਜੀ ਦਾ ਯੁੱਗ ਹੈ, ਫੋਨ ਤੇ ਆਪਣਾ ਪਤਾ ਕਰਨ, ਉੱਥੇ ਜਿੱਥੇ ਰੇਟ ਵਧੀਆ ਮਿਲਦਾ ਉੱਥੇ ਜਾ ਕੇ ਇਹਨੂੰ ਵੇਚ ਜਾਣ ਆਪਣੀ ਫਸਲ ਨੂੰ। ਠੀਕ ਹੈ ਨਾ, ਹੁਣ ਤਾਂ ਕਹਿੰਦੇ ਆ ਰਹੇ ਹੈ ਕਿ ਕਿਸਾਨ ਹੈ ਉਹ ਖੁਦਕੁਸ਼ੀ ਕਰਦਾ ਆ ਰਿਹਾ ਤੇ ਉਹਦਾ ਕਾਰਨ ਕੀ ਸੀਗਾ? ਵਿੱਚ ਆੜਤ ਪੈ ਜਾਂਦੀ ਸੀ, ਵਿੱਚ ਕਮਿਸ਼ਨ ਹੁੰਦਾ ਸੀਗਾ ਕਿਸਾਨ ਦੀ, 10 ਰੁਪਏ ਦੀ 10 ਰੁਪਏ ਉਹਨੂੰ ਮੁੱਲ ਮਿਲਦਾ ਸੀ, ਉਹ 40 ਰੁਪਏ ਦੀ ਅੱਗੇ ਵਿਕਦੀ ਸੀਗੀ। ਪਰ ਅੱਜ ਜਦ ਸਮਾਂ ਆਇਆ, ਅੱਜ ਸੈਂਟਰ ਦੀ ਸਰਕਾਰ ਨੇ ਇੱਕ ਚੇਂਜ ਲੈ ਕੇ ਆਈ ਹੈ, ਤਾਂ ਤੁਸੀਂ ਚੇਂਜ, ਜਿਹੜਾ ਚੇਂਜ ਆਇਆ ਉਹਦੇ ਅਗੇਂਸਟ ਖੜੇ ਹੋ ਗਏ? ਸਾਨੂੰ ਚੇਂਜ ਨੂੰ ਐਕਸੈਪਟ ਕਰਨਾ ਚਾਹੀਦਾ। ਬਾਕੀ ਬਹੁਤ ਲੋਕ ਹੈ ਨਹੀਂ ਹੋਣਗੇ ਮੇਰੇ ਤੋਂ ਸਹਿਮਤ, ਮੈਨੂੰ ਕੋਈ ਉਹ ਨਹੀਂ ਹੈ। ਮੇਰਾ ਕੰਮ ਹੈ, ਜੋ ਮੇਰੇ ਵਿਚਾਰ ਹੈ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਬਾਕੀ ਮੈਂ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਇੱਜ਼ਤ ਬਣੀ ਹੋਈ ਹੈ, ਇੱਜ਼ਤ ਬਣੀ ਰਹਿਣ ਦਿਓ। ਕਿਉਂਕਿ ਗੱਲ ਇਹ ਹੈ ਬਈ, ਅੱਜ ਸਰਕਾਰਾਂ ਜਿਹੜੀਆਂ ਹੈਗੀਆਂ ਸੈਂਟਰ ਦੀਆਂ ਸਰਕਾਰਾਂ ਤੁਹਾਡੇ ਬਾਰੇ ਸੋਚ ਰਹੀਆਂ ਤੇ ਤੁਹਾਡੇ ਨਾਲ ਚੱਲ ਰਹੀਆਂ, ਪਰ ਤੁਸੀਂ ਜਿਹੜਾ ਗੁੰਮਰਾਹ ਹੋ ਰਹੇ ਹੋ ਲੋਕਾਂ ਦੀਆਂ ਗੱਲਾਂ ਚ ਆ ਕੇ, ਤੁਹਾਨੂੰ ਐ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ। ਖਾਸ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਸਦਾ ਹੀ ਐ ਲੱਗਦਾ ਆਇਆ ਵੀ ਸੈਂਟਰ ਦੀਆਂ ਸਰਕਾਰਾਂ ਸਾਡੇ ਨਾਲ ਧੋਖਾ ਕਰ ਰਹੀਆਂ, ਪਰ ਏਦਾਂ ਦਾ ਨਹੀਂ ਹੈ। ਕਿਉਂ? ਕਿਉਂਕਿ ਜੇ ਸੈਂਟਰ ਨੇ ਤੁਹਾਡੇ ਨਾਲ ਧੋਖਾ ਕਰਨਾ ਹੁੰਦਾ
FDI भी एक कानून है जिन्हों हले रोकी बैठे हैं, फॉरन डायरेक्ट इन्वेस्टमेंट ओदे ते नहीं इन्होंने एक्शन ले लिया, वह नहीं लागू कर दिता। जे थोड़े ने धक्का ही करना सी, तुसी अज कहने हो कि किसान अन्नदाता है, इन्ना हंकार नहीं चंगा हुंदा, अन्नदाता कोई नहीं है। पैसे लेने हो, चीज देने हो, की गल कोई मुफ्ती चीज देने हो? नहीं, कोई मुफ्ती नहीं दिंदा। ते जेड़ी फॉरन डायरेक्ट इन्वेस्टमेंट है, जे आही हाल रहे, जे आ लागू हो गया ता ऑस्ट्रेलिया अफ्रीका वर्गे देश तैयार बैठे हैं, वो कहते ठीक है असी दिने हैं, दसो क्या चाहिए, सस्ती कणक दोंगे, वधिया क्वालिटी दी दोंगे, दुध देंगे, पनीर देंगे, जेड़ा तुसी 50 रुपये का दिने हैं उही 40 रुपये का 30 रुपये का उन्होंने इत्थे अवेलेबल करा देना, फिर की करोगे? इत्थे पंजाब दे विच मुड़के उही डेका निम्मा ही रह जानी है, मुड़के कर लियो किकरां दी खेती। आ जिवें उरे आनंदपुर साहब तो लेके फिरोजपुर तक भांगे भंग है ना, सारे पासे भांगे भंग दिखूगी। सो राजनीतिक लोकां दीआं गल्लां च ना आओ, अज समा हैगा बिजनेस करो। जिहड़े लोग आ मोबाइलां ते बैठ के सारी सारी दिहाड़ी कदे किसे नूं गालां कढ़तीआं, कदे किसे नूं कुछ करतिआ, उरे बैठ के पुठियां सिद्धियां फिल्मां देखदे हैं, उहनां मुंडिआं नूं कम लाओ, उन्हां नूं कहो पता करो किथे क्या रेट है, किथे क्या नहीं है, उत्थे जाके अपनी फसलों दे वधिया मुल पाओ, ना राजनीतिक लोकां दीआं गल्लां चाओ। ए जिहड़े राजनीतिक लोग है, मैं इन्हां दा नाम नहीं लेना चाहुंदा, एक राजनीतिक लीडर है उहदा मैं पिछे जे बयान देखिआ, उह कह रही है बई जिहड़ा आड़ती है ते किसान है उहदा जिहड़ा रिश्ता है 9 मास दा रिश्ता है, जद किसान दे घर कोई विआह हुंदा है तां ओह किसान जाके आड़ती तो पैसा ले लैंदा है। मैं उहनां नूं लीडर साहिबान नूं पुछणा चाहुंदा भी क्या जिहड़ा आड़ती है ओह किसान नूं फ्री दा पैसा दिंदा है? नहीं, ओह ब्याज लांदा है, ब्याज भी ब्याज ते ब्याज भी लांदा, जिहनूं चक्रवर्ती ब्याज कहिंदे आ। सो अज समा हैगा इन्हां चीजां चो निकलण दा, चेंज आ रहा है, चेंज नूं एक्सेप्ट करो। और इनकेस जिदा तुसी कहने हो भी इन्होंने साल दो साल वधिया रेट देने है, उस तो बाद इन्होंने रेट नहीं देने, MSP नहीं देनी, तब असी फिर थोड़े नाल खड़ांगे। आही जिहड़ा अज संघर्ष हो रहा है उहदे च असी थोड़े नाल बराबर खड़ांगे। सो दुआरा फिर बेनती है, हथ बन के राजनीतिक लोकां दे चक्कर च ना आओ। जय श्री राम, जय महाकाली, हर हर महादेव।